اللہ کی شمدیاں رہشاں سے اللہ کی شمدیاں آرام کا دیکھ
ਕੇ ਜੇਸਾ ਦਿੱਤਾ ਖਿਲਾਫਾਂ ਦੇ ਅੰਦਰ ਬਦਲੇਤ ਕੇ ਕੁਰਾਨ ਰੱਖ ਦਿੱਤਾ ਕਦੇ ਇੱਕ ਆਇਤ ਵੀ ਸਮਝਣ ਦੀ ਕੋਸ਼ਿਸ਼ ਨਹੀਂ ਕੀਤੀ ਕਿ ਅੱਲਾ ਨੇ ਕੀ ਨਸੀਹਤ ਮੇਰੇ ਸਿਫਾਰਿਆਂ ਦੇ ਅੰਦਰ ਭੇਜੀ ਅੱਲਾ ਨੇ ਤਾਂ ਨਸੀਹਤ ਭੇਜੀ ਮਗਰ ਇਸਨੇ ਸਮਝਣ ਦੀ ਕੋਸ਼ਿਸ਼ ਨਹੀਂ ਕੀਤੀ ਅੱਲਾ ਤਾਲੀ ਫਰਮਾਨਿਆ ਇਸ ਵਾਸਤੇ ਇਸ ਕਿਤਾਬ ਦਾ ਨਾਂ ਅੱਲਾ ਨੇ ਜ਼ਿਕਰ ਰੱਖਿਆ ਕਿ ਇਨਸਾਨ ਨੂੰ ਚੇਤਾ ਦਿਵਾਉਣ ਵਾਲੀ ਕਿਤਾਬ ਹੈ ਕਈ ਆਯਾਤ ਦੇ ਅੰਦਰ ਅੱਲਾ ਨੇ ਇਸ ਦਾ ਨਾਂ ਜ਼ਿਕਰ ਰੱਖਿਆ ਜ਼ਿਕਰ ਦਾ ਮਾਨਾ ਚੇਤਾ ਦਿਵਾਉਣ ਯਾਦ ਦਿਹਾਨੀ ਕਰਾਉਣੀ ਇਹ ਕਿਤਾਬ ਬਾਰ ਬਾਰ ਚੇਤਾ ਦੇ ਸੀ ਕਿ ਇਹ ਕੰਮ ਵੀ ਗਲਤ ਹੈ ਇਹ ਵੀ ਗਲਤ ਹੈ ਇਹ ਵੀ ਗਲਤ ਹੈ ਇਹ ਵੀ ਗਲਤ ਹੈ ਇਹ ਕੰਮ ਵੀ ਕਰੇ ਸੀ ਤਾਂ ਤੇਰਾ ਸੋਚ ਗੰਦਾ ਹੋ ਗਿਆ ਸੀ ਇਹ ਕੰਮ ਵੀ ਕਰੇ ਸੀ ਤਾਂ ਸੋਚ ਗੰਦਾ ਹੋ ਗਿਆ ਸੀ ਜੇ ਸੋਚ ਗੰਦਾ ਹੋ ਗਿਆ ਤਾਂ ਇਨਸਾਨ ਦਾ ਨਤੀਜਾ ਵੀ ਗਲਤ ਹੋ ਗਿਆ ਆਮ ਤਰੱਕਾਂ ਤੇ ਟਰਾਲੀਆਂ ਦੇ ਪਿੱਛੇ ਵੀ ਲਿਖਿਆ ਹੋਇਆ ਨਾ ਨੀਅਤ ਸਾਫ ਤੇ ਮੰਜ਼ਲ ਅਸਾਂ ਨੀਅਤ ਸਾਫ ਕਿਉਂ ਸ਼ੈ ਨਾ ਕੁਰਾਨ ਦੀ ਕਿਤਾਬ ਦਾ ਸੋਚ ਸਾਫ ਕਰਨ ਵਾਸਤੇ ਅੱਲਾ ਨੇ ਇਹ ਤਰੀ ਸੁਭਾਇ ਨਾਜ਼ਿਲ ਫਰਮਾਇਆ ਇਸ ਵਾਸਤੇ ਅੱਲਾ ਨੇ ਇਸ ਦਾ ਨਾਮ ਜ਼ਿਕਰ ਰੱਖਿਆ ਕਈ ਆਯਾਤ ਦੇ ਅੰਦਰ ਕੱਲਾ ਇਨਹਾ ਕਦ ਗਿਰਾ ਕਦਈ ਅੱਲਾ ਕਰੀ ਫਰਮਾਨ ਕੱਲਾ ਇਨਹੁ ਕਦ ਗਿਰਾ ਕਦਈ ਅੱਲਾ ਕਰੀ ਫਰਮਾਨ ਜੰਗਲ ਵਾਸ਼ੀ ਖੁਰਦਾ ਗੱਦਾ ਹੋਵੇ ਔਰ ਵੱਧ ਉੱਤੇ ਸ਼ੇਰ ਨਿਕਲ ਆਵੇ ਤਾਂ ਜਿਸ ਤਰ੍ਹਾਂ ਉਹ ਖੁਰਦਾ ਤੇ ਗੱਦਾ ਟਿੰਟਰ ਮਾਰ ਕੇ ਤੋਂ ਨਦੀਆਂ ਕੱਢ ਕੇ ਛਲਾਂਦਾ ਮਾਰ ਕੇ ਨਦਨਾ ਇਹ ਅੱਲਾ ਦੀ ਕਿਤਾਬ ਕੋਲ ਨਫ਼ਰਤ ਦਾ ਇਜ਼ਹਾਰ ਕਰਕੇ ਜਾ ਰਹੇ ਕਾਨ ਨਾ ਹੁਮ ਹੁਮਰ ਹੁਮਰ ਹਿਮਾਰ ਦੀ ਜਮਾ ਹਿਮਾਰ ਦਾ ਮਾਨਾ ਗੱਦਾ ਕਰੀ ਖੋਤਾ ਤੋ ਅੱਲਾ ਫਰਮਾਨੇ ਫਰਰਤ 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 ਫਿਰ ਫਰਾਰਨ ਇਹ ਫਰਾਰ ਹੋ ਗਏ ਮੇਰੀ ਕਿਤਾਬ ਨੇ ਬਾਰ ਬਾਰ ਚੇਤਾ ਦਵਾਇਆ ਇਹ ਕੰਮ ਗਲਤ ਸੀ ਇਹ ਗਲਤ ਸੀ ਮਗਰ ਇਹਨਾਂ ਨੇ ਉਸ ਯਾਦ ਦਹਾਨੀ ਤੋਂ ਰਾਏ ਫਰਾਹ ਅਖਿਆ ਕੀਤੀ ਹੈ ਤਾਂ ਅੱਲਾ ਨੇ ਸ਼ਿਕਵਾ ਕੀਤਾ ਫਮਾ ਲਹੁਮ ਇਹਨਾਂ ਨੂੰ ਹੋ ਕੇ ਗਿਆ ਅਜੇ ਤਜ਼ਬਿਰਾ ਤੇ ਮੋਰਜ਼ੀਨ ਮੇਰੀ ਕਿਤਾਬ ਬਾਰ ਬਾਰ ਯਾਦ ਦਵਾ ਰਹੀ ਹੈ ਕਿ ਇਹ ਗਲਤ ਕੰਮ ਕਰੇ ਸੇ ਤਾਂ ਇਸ ਨਾਲ ਨਤੀਜਾ ਗਲਤ ਨਿਕਲ ਸੀਗਾ ਮਗਰ ਇਹਨਾਂ ਨੇ ਪਰਵਾਹ ਨਹੀਂ ਕੀਤੀ ਅੱਲਾ ਨੇ ਅੰਦਾਜ਼ ਬਦਲ ਬਦਲ ਕੇ ਕਦੇ ਖਤਰਾ ਨਾਲ ਯਾਨੀ ਹੁਕਮ ਨਾਲ ਦੱਸਿਆ ਔਰ ਕਦੇ ਅੱਲਾ ਨੇ ਸੱਚੀਆਂ ਤੇ ਸੁੱਚੀਆਂ ਕਹਾਣੀਆਂ ਬਿਆਨ ਕਰਕੇ ਅੱਲਾ ਨੇ ਦੱਸਿਆ ਕਿ ਹੋ ਸਕਦਾ ਇਨਸਾਨ ਮਰਦ ਦੇ ਨਸੀਹਤ ਆ ਬੰਜੇ ਚੇਤਾ ਜਾ ਕੇ ਆ ਬੰਜੇ ਕਿ ਵਾਕੀ ਕਰੀ ਇਹ ਕੰਮ ਗਲਤ ਹੈ ਜੇ ਇੱਥੇ ਚੇਤਾ ਜਗ੍ਹਾ ਤੇ ਨਾ ਆਇਆ ਵਰ ਇੱਕ ਦਿਨ ਆਉਣ ਵਾਲਾ ਉੱਥੇ ਤੇ ਚੇਤਾ ਜਾ ਰਿਹਾ ਸੀ ਯਮਾਈ ਦੀ ਯਤਜ਼ਕਰੂ ਇਨਸਾਨ ਯਤਜ਼ਕਰ ਉੱਥੇ ਨਸੀਹਤ ਹਾਸਿਲ ਕਰੇ ਸੀ ਉੱਥੇ ਉਸ ਨੂੰ ਮੌਕਾ ਸੀ ਉੱਥੇ ਚੌਦਾਂ ਕਮਰ ਰੋਸ਼ਨ ਹੋ ਗਏ ਸਨ ਉੱਥੇ ਅੱਖਾਂ ਖੁੱਲ ਗਏ ਸਨ ਮਗਰ ਅੰਨਾ ਲਹੁ ਜ਼ਿਕਰਾ ਉਸ ਟਾਈਮ ਤੇ ਬਾਅਦ ਇਸ ਯਾਦ ਦਿਹਾਨੀ ਨੂੰ ਮੰਨਣ ਦਾ ਫਾਇਦਾ ਕੋਈ ਨਹੀਂ ਉੱਥੇ ਹੋਸ਼ ਜਾਣ ਦਾ ਫਾਇਦਾ ਕੋਈ ਨਹੀਂ ਉੱਥੇ ਨਾ ਸਜ਼ਾ ਮਿਲਣੀ ਇਸ ਵਾਸਤੇ ਖੁਸ਼ ਨਸੀਬ ਇਨਸਾਨ ਹੋਵੇ ਜਿਸਨੇ ਦੁਨੀਆ ਦੇ ਅੰਦਰ ਇਹ ਕਿਤਾਬ ਵਾਲਾ ਰਾਹ ਯਾਦ ਰੱਖਿਆ ਸੋਚ ਸਾਫ਼ ਕੀਤਾ ਸੋਚ ਸਾਫ਼ ਰਾਖੀ ਅੱਲਾ ਦੀ ਕਿਤਾਬ ਨਾਲ ਔਰ ਸੋਚ ਗੰਦਾ ਹੋ ਸੀ ਅੱਲਾ ਦੀ ਕਿਤਾਬ ਤੋਂ ਹਟਣ ਦਾ ਸੋਚ ਕਿਹੜੀ ਸ਼ੇਅ ਨਾਲ ਗੰਦਾ ਹੋਣਾ ਦੁਨੀਆ ਦੀ ਮੁਹੱਬਤ ਨਾਲ ਮਾਲ ਦੀ ਮੁਹੱਬਤ ਆ ਗਈ ਦਿਲ ਮੈਲਾ ਹੋਣਾ ਸ਼ੁਰੂ ਹੋ ਗਿਆ ਔਰ ਜਾਇਦਾਦ ਦੀ ਮੁਹੱਬਤ ਆ ਗਈ ਦਿਲ ਮੈਲਾ ਹੋਣਾ ਸ਼ੁਰੂ ਹੋ ਗਿਆ ਔਰ ਔਰਤਾਂ ਦੀ ਗੈਰ ਮਹਰਮਾਂ ਦੀ ਮੁਹੱਬਤ ਆ ਗਈ ਉਹਨਾਂ ਨਾਲ ਤਾਲੁਕਾਤ ਉਹਨਾਂ ਨਾਲ ਰਾਬਤੇ ਉਹਨਾਂ ਨਾਲ ਬੇਪਰਦਗੀ ਉਹਨਾਂ ਨਾਲ ਗੁਫ਼ਤਗੂ ਇਹ ਪੈਦਾ ਹੋ ਗਈ ਤਾਂ ਸਮਝੋ ਕਿ ਇਸ ਦਾ ਵੀ ਗਲਤ ਰਾਹ ਸ਼ੁਰੂ ਹੋ ਗਿਆ ਔਰ ਨਤੀਜਾ ਇਸ ਦਾ ਠੀਕ ਨਹੀਂ ਹੋਇਆ ਸੀ ਹਰ ਜਗ੍ਹਾ ਜਗ੍ਹਾ ਤੇ ਕਦਮ ਕਦਮ ਤੇ ਜ਼ਿੰਦਗੀ ਦੇ ਇੱਕ ਕਦਮ ਦੇ ਉੱਤੇ ਇਸ ਕੁਰਾਨ ਨੇ ਯਾਦ ਦਿਹਾਨੀ ਕਰਾਈ ਹੈ ਕਿ ਇਹਨਾਂ ਕੰਮਾਂ ਨੂੰ ਜੋੜੋ ਦੱਸੋ ਤਾਂ ਨਤੀਜਾ ਠੀਕ ਨਹੀਂ ਹੋਇਆ ਸੀ ਅੱਜ ਹੀ ਅੱਲਾ ਨੇ ਦੱਸ ਦਿੱਤਾ ਵਕਤੀ ਬਦਲ ਨਸੀਬ ਹੈ ਇਨਸਾਨ ਕੇ ਇਸ ਪੇਪਰ ਦੇ ਅੰਦਰ ਫੇਲ ਹੋ ਜਾਏ ਅੱਲਾ ਨੇ ਸਾਰੇ ਸਵਾਲ ਵੀ ਦੱਸ ਦਿੱਤੇ
اور رزائر مولا صدر کا سارا نقش پیش فرما دیتا, پھر بھی اگر انسان نصیحت حاصل نہ کرے تو پھر اللہ کا شکوا بجا رہے قتل الانسان ما اکبرا, شاید چوک میرے انسان ما اکبرا یہ کتنا ضدی ہے, ما اکبرا ہو یہ کتنا ناقدرا, میں تریس مارے نازل کی تن نہ اس کا ذکر رکھیا یا دہانی رکھیا, میں اس کا نہ نصیحت نامہ رکھیا, اور قیامت تک اس کی حفاظت اپنے ذمہ نہیں, مگر وقت میں ان لوگوں نے اس قرآن کی جو نصیحت نہیں حاصل کی. میں واقعات پھر پھر ہاں اگر سوچ صاف ہو گئے نا, وہ انسان اللہ کو منسی تھوڑا کہ اللہ انسان کی سوچ کے باپ خیال لگ زیادہ قابل خیال ہی نہ اسے انسان دل میں تھوڑا جا دیر آن لگ سی, یہ تھوڑا جا اشکال پیدا ہو لگ سی, اللہ اس سورت پہ آسمان پہ زمین کا نظام ہی بدل کے اللہ کریم اس کے دل میں جو اندھیرا ختم کر دے سی. کئی واقعات ہیں, مثلا حضرت علیہ السلام آ رہے ہیں گزرنا گزرنا ویکھنے تو بستی جو بالکل تباہ تے برباد ہو چکی ہے, او کلنی اللہ نے سمجھا
अल्लाह करीम ने बस नहीं नहीं बल्कि तो ठहरा गया मेरा कलम मेरे थे सौ साल ना सब गुजर गया तो मेरे दिले इतने पहुंचे उस टाइम पे खच्चर शरीफ होता शरीफ भी ना आए उसके सवारी का क्या है ना रोटी भी कटी हुई है पानी भी ना है अल्लाह करीम ने उस पानी की हिफाजत फरमाई है और अल्लाह करीम ने उस खाने की भी हिफाजत फरमाई है मगर जरा खोता सवारी है उसने अल्लाह करीम ने खत्म कर दिया अल्लाह करीम फरमाने Inna balawna hum kama balawna
ਲੋਕਾਂ ਨੂੰ ਅਜ਼ਮਾਇਆ, ਕਿੰਝ ਅਜ਼ਮਾਇਆ, ਇਹਦਾ ਦੁਸ਼ਮਣ ਸਿਆਣਾ ਸਮਝੇ
और चूंकि बीमार है रिश्तेदार भी किनारा कर देता, बीवी है घर वाली खिदमत कर दे, शायद चुबा निकल गया जंगल के अंदर लंबा सा गुजर गया अल्लाह जाने कितना अरसा, बाद में तेरी साथ लिखा बाद में सुबह कर लिखा, आखिरकार अल्लाह कभी फरमान लगे हेत ने मेरा यूर पर अंबर पर आके अपने अल्लाह आवाज मारी लगा सलनी हाजतन
ਮੇਰੇ ਕੋਲੋਂ ਮੰਗ ਜੋ ਕੁਝ ਮੰਗਣਾ ਚਾਹੁੰਦਾ ਮੈਂ ਤੇਰੀਆਂ ਸਾਰੀਆਂ ਜ਼ਰੂਰਤਾਂ ਪੂਰੀਆਂ ਕਰ ਦੇਣਾ। ਹੁਣ ਵੇਖੋ ਅਸੀਂ ਤੁਸੀਂ ਹੋਵਾਂ ਸੋਚ ਦਿਓਗੇ ਹਾਂ ਮੈਂ ਫਲਾਣ ਘਰ ਤੋਂ ਨਹੀਂ ਘਰ ਬਣਾ ਦੇ ਮੈਨੂੰ ਨੌਕਰੀ ਲਵਾ ਦੇ ਇੰਝ ਚੱਕਾ ਅਸੀਂ ਤਾਂ ਸੋਚ ਹੀ ਪੱਕ ਲੈਂਦੇ ਹਾਂ ਮਗਰ ਵੇਖੋ ਕੁਰਾਨ ਨਾਲ ਉਹਨਾਂ ਦਾ ਸੋਚ ਪਾਕ ਹੋਇਆ ਉਸ ਨੂੰ ਕੀ ਜਵਾਬ ਦਿੱਤਾ ਹਾਲਾਂਕਿ ਗਰੀਬ ਆਦਮੀ ਹੈ ਤੇ ਪੁੱਛਣ ਵਾਲਾ ਵੀ ਬਾਦਸ਼ਾਹ ਹੈ ਉਸਨੇ ਖਜ਼ਾਨੇ ਚ ਕਮੀ ਕੋਈ ਨਹੀਂ ਉਹ ਆਪ ਪੁੱਛ ਰਿਹਾ ਬਗੈਰ ਸਿਫਾਰਿਸ਼ ਤੋਂ ਉਸਨੇ ਆਪਣਾ ਜਵਾਬ ਦਿੱਤਾ ਹਜ਼ਰਤ ਸਾਲਿਮ ਨੇ ਆਖਿਆ ਇੰਨੀ ਕਰਨ ਵਾਲਿਆ ਮੈਂ ਅੱਲਾਹ ਦੇ ਘਰ ਦੇ ਅੰਦਰ ਮੌਜੂਦ ਹਾਂ ਤਵਾਫ ਕਰ ਰਿਹਾ ਮੈਂ ਕੋਈ ਸ਼ਰਮ ਨਾ ਕਿ ਅੱਲਾਹ ਦੇ ਘਰ ਦੇ ਅੰਦਰ ਆ ਕੇ ਮੈਂ ਅੱਲਾਹ ਦੇ ਸਾਹਮਣੇ ਝੋਲੀ ਨਾ ਪਹਿਲਾਈ ਤੇਰੇ ਸਾਹਮਣੇ ਝੋਲੀ ਪਹਿਲਾਈ ਸ਼ਰਮ ਨਾ ਮੈਂ ਕੋ ਕਿ ਮੈਂ ਅੱਲਾਹ ਦੇ ਘਰ ਆਇਆ ਕਰਨਾ ਤੇ ਬਾਦ ਬਾਦਸ਼ਾਹ ਕੋਲ ਮੰਗਾ ਮੈਂ ਬਾਦਸ਼ਾਹ ਵਾਲੇ ਬਾਦਸ਼ਾਹ ਕੋਲ ਕਿਉਂ ਨਾ ਮੰਗਾ ਉਹ ਇੰਤਜ਼ਾਰ ਦੇ ਅੰਦਰ ਲੱਗ ਗਿਆ ਬਾਦਸ਼ਾਹ ਜਵਾਬ ਸੁਣ ਹਜ਼ਰਤ ਸਾਲਿਮ ਨੇ ਫਰਮਾਉਣ ਲੱਗੇ ਆਖਣ ਲੱਗੇ ਨਹੀਂ ਨਹੀਂ ਬਾਦਸ਼ਾਹ ਸਲਾਮਤ ਜੀ ਮੈਂ ਤਾਂ ਦੁਨੀਆ ਦਾ ਸਵਾਲ ਤੇ ਦੁਨੀਆ ਦੇ ਰਿਜ਼ਕ ਦੇ ਕਾਰੋਬਾਰ ਉਸ ਕੋਲੋਂ ਵੀ ਨਹੀਂ ਮੰਗੇ ਜਿਹੜਾ ਦੁਨੀਆ ਦਾ ਮਾਲਕ ਉਸ ਕੋਲੋਂ ਵੀ ਮੈਂ ਦੁਨੀਆ ਨਹੀਂ ਮੰਗੀ ਤੇ ਮੈਂ ਉਸ ਕੋਲੋਂ ਕਿਵੇਂ ਮੰਗਾ ਜਿਹੜਾ ਲਾਜਮੇ ਦੁਆ ਜਿਹੜਾ ਦੁਨੀਆ ਦਾ ਮਾਲਕ ਵੀ ਨਹੀਂ ਅੱਜ ਬਾਦਸ਼ਾਹ ਹੈ ਤੇ ਕੱਲ ਹੋ ਸਕਦਾ ਕਿ ਉਹ ਜੇਲ੍ਹ ਦੇ ਅੰਦਰ ਹੋਵੇ ਇਹ ਸੋਚ ਪਾਪ ਹੋਇਆ ਅੱਲਾਹ ਦੀ ਕਿਤਾਬ ਨਾਲ ਵਕਤ ਖਤਮ ਹੋ ਗਿਆ ਪਰ ਖੁਲਾਸਾ ਇਹ ਨਿਕਲਾ ਕਿ ਸੋਚ ਸਾਫ ਤਮੰਜ਼ਰ ਆਸਾਨ ਤੇ ਸੋਚ ਸਾਫ ਰਸੂਲ ਸੇ ਗੱਲ ਨਾਲ ਕਿ ਅੱਲਾਹ ਤਾਲਾ ਹੀ ਸਭ ਕੁਛ ਕਰਨ ਵਾਲਾ ਅੱਲਾਹ ਤਾਲਾ ਹੀ ਸਭ ਕੁਛ ਜਾਣਨ ਵਾਲਾ ਜੇਕਰ ਯਕੀਨ ਹੈ ਨਾ ਤੌਹੀਦ ਮੰਨੀ ਹੈ ਨਮਾਜ਼ਾਂ ਪੜ੍ਹੀਆਂ ਨਮਾਜ਼ ਦੇ ਅੰਦਰ ਆਖਿਆ ਕਿ ਸਭ ਕੁਛ ਦੇਣ ਵਾਲਾ ਅੱਲਾਹ ਬਸ ਆਪਣੇ ਮਾਮਲਾਤ ਵੀ ਸਾਫ ਕਰਨੇ ਪੈਸੇ ਬਸ ਝੂਠ ਨਹੀਂ ਬੋਲਣਾ ਵਕਤ ਕਿਸੇ ਹੋਰ ਨੇ ਫਸਲ ਦੇ ਅੰਦਰ ਆਪਣੇ ਮਾਲ ਮਵੇਸ਼ੀ ਨਹੀਂ ਚਰਾਉਣੇ ਇਹ ਹਮ ਮੌਸਮ ਹੈ ਫਸਲਾਂ ਨੇ ਚਮੀ ਬਣੇ ਨਾ ਵੈਸੇ ਆਮ ਤੌਰ ਤੇ ਕਈ ਮੌਸਮ ਐਸੇ ਹੋਣੇ ਜਿਨ੍ਹਾਂ ਦੇ ਅੰਦਰ ਜ਼ਮੀਨਦਾਰ ਮਨਾ ਨਹੀਂ ਕਰੇ ਨੇ ਜਿਸ ਜ਼ਮੀਨ ਵਿੱਚ ਜਿਸ ਨਾਲ ਜੋ ਵਧਣਾ ਰਾਵੇ ਕੋਈ ਮਮਾਨਤ ਨਹੀਂ ਹੁੰਦੀ ਲੇਕਿਨ ਕਈ ਥਿਆੜੇ ਮੌਸਮ ਐਸੇ ਆਵੇ ਨੇ ਜਿਸ ਟਾਈਮ ਤੇ ਜ਼ਮੀਨਦਾਰ ਜਿਸਦੀ ਜ਼ਮੀਨ ਹੈ ਉਹ ਮਨਾ ਕਰੇਗਾ ਕਿ ਨਹੀਂ ਇੱਥੇ ਮੈਂ ਆਪਣਾ ਮਾਲ ਖੁਦ ਚਰਾਏਗਾ ਬਾਅਦ ਦੇ ਅੰਦਰ ਜਿਹੜਾ ਮਰਜ਼ੀ ਚਰਾਏ ਪਿਆ ਮਨਾ ਕਰੇ ਨੇ ਤੋ ਅਗਰ ਇਹ ਸੂਰਤ ਹਾਲ ਲਵੇ ਤਾਂ ਉਸਦੀ ਮਰਜ਼ੀ ਤੇ ਰਜ਼ਾ ਤੋਂ ਬਗੈਰ ਅਗਰ ਆਦਮੀ ਛੱਪ ਲੁਕ ਕੇ ਉੱਥੇ ਆਪਣਾ ਮਾਲ ਚਰੇ ਸੀ ਤਾਂ ਉਹ ਮਾਲ ਹਰਾਮ ਕੈਸੀ ਜੇ ਉਹ ਹਰਾਮ ਕੈਸੀ ਤਾਂ ਉਹ ਹਰਾਮ ਨਾ ਸੀ ਇਹ ਹਰਾਮ ਪੀਸੀ ਹਰਾਮ ਕੈਸੀ ਤੇ ਇਸਦੀ ਕੋਈ ਨਮਾਜ਼ ਤੇ ਇਬਾਦਤ ਕਬੂਲ ਹੋਈ ਨਮਾਜ਼ਾਂ ਤੇ ਇਬਾਦਤਾਂ ਤਾਂ ਕਬੂਲ ਹੋ ਸੇ ਜੇ ਤੌਹੀਦ ਮੰਨੀਏ ਕਿ ਇਨ ਅੱਲਾਹ ਹੁਵਰ ਰਜ਼ਾਕ ਕਿ ਰਾਜ਼ਿਕ ਅੱਲਾਹ ਬਸ ਯਕੀਨ ਰੱਖਣਾ ਆਪਣੇ ਅਮਲ ਨਾਲ ਸਾਬਿਤ ਕਰ ਕਿ ਮੈਂ ਹਲਾਲ ਖਾਣਾ ਬੇਸ਼ੱਕ ਥੋੜਾ ਵੀ ਕਿਉਂ ਨਾ ਹੋਵੇ ਮੇਰੀ ਥੋੜੀ ਉਸੇ ਦੇ ਅੰਦਰ ਵੀ ਬਰਕਤ ਪਾਉਣ ਵਾਲਾ ਕੌਣ ਹੈ ਅੱਲਾਹ ਤਾਲਾ ਮਲੀ ਤੌਫੀਕ ਅਤਾ ਫਰਮਾਇਆ ਰੱਬਾ।